ਉਹ ਯਾਰ ਟਰੈਕਟਰਾਂ ਨੂੰ ਆਣ ਆਏ ਆ ਤੇ ਟਰੈਕਟਰ ਸਫਾਈ ਤੇ ਡੀਜ਼ਲ ਨਾਲ ਲਾਜ਼ਮੀ ਮਾਰਨਾ ਹੁੰਦਾ ਹੈ ਤੇ ਆ ਏਅਰ ਕਲੀਨਰ ਇਹਦੀ ਜਾਲੀ ਜਦੋਂ ਸਰਵਿਸ ਕਰਾਓ ਟਰੈਕਟਰ ਦੀ ਏਅਰ ਕਲੀਨਰ ਦੀ ਜਾਲੀ ਲਾਜ਼ਮੀ ਸਾਫ਼ ਕਰਾਓ ਉਹ ਸਾਡੇ ਜਿਹੜੇ ਦੋਸਤ ਭਰਾ ਨੇ ਉਹ ਜਾਲੀ ਸਾਫ਼ ਨਹੀਂ ਕਰਵਾਉਂਦੇ ਇੰਜਨ ਦੀ ਸਾਰੀ ਮਿੱਟੀ ਟੁਰ ਜਾਂਦੀ ਹੈ ਬਾਅਦ ਫਿਰ ਇੰਜਨ ਦਾ ਪੱਠਾ ਪਾ ਲੈਂਦੇ ਨੇ ਅਣਜਾਣ ਜਿਹੜੇ ਬੰਦੇ ਹੁੰਦੇ ਨੇ ਆਹ ਤਾਂ ਦਿਖਾਉਂਦੇ ਹਾਂ ਤਾਂ ਕਿੰਨੀ ਮਿੱਟੀ ਜੰਮੀ ਹੋਈ ਆ ਵਿੱਚ ਹੁਣ ਸਾਰੀ ਮਿੱਟੀ ਇੰਜਨ ਦੇ ਵਿੱਚ ਜਾ ਰਹੀ ਹੈ ਅਤੇ ਜਿਹੜੇ ਆ ਸਫਾਈ ਕਰਨ ਵਾਲੇ ਆ ਇਹਨਾਂ ਨੂੰ ਖੁਦ ਕਰਦੇ ਨੇ ਨਾ ਖੁਦ ਨਹੀਂ ਕਰਦੇ ਓਵਰਆਲ ਬਾਅਦ ਜੇ ਸਫਾਈ ਟਰੈਕਟਰ ਦੀ ਹੋ ਜਾਵੇ ਤੇ ਡੀਜ਼ਲ ਮਾਰ ਦਿਆ ਕਰੋ ਫਿਰ ਜੰਗ ਨਹੀਂ ਟਰੈਕਟਰ ਨੂੰ ਲੱਗਦਾ ਤੇ ਆਮ ਨਿਹਰਾ ਪਾਣੀ ਮਾਰ ਕੇ ਗੁਜ਼ਾਰਾ ਨਹੀਂ ਕਰਨਾ ਡੀਜ਼ਲ ਬਾਅਦ ਸਿਰਫ ਮਾਰੋ ਭਾਵੇਂ ਨਾ ਮਾਰੋ ਡੀਜ਼ਲ ਬਾਅਦ 'ਚ ਲਾਜ਼ਮੀ ਮਾਰਨਾ ਕਿਉਂਕਿ ਜੰਗ ਪੈ ਜਾਂਦਾ ਗੱਡੀਆਂ ਬੜੀਆਂ ਕੀਮਤੀਆਂ ਹੋ ਗਈਆਂ ਨੇ ਅਤੇ ਬਹੁਤ ਕੀਮਤਾਂ ਚੁੱਕ ਦਿੱਤੀਆਂ ਨੇ ਕੰਪਨੀਆਂ ਨੇ ਅਤੇ ਹੁਣ ਜਿਹੜੀ ਜਿਹਨਾਂ ਕੋਲ ਜਿਹੜੀ ਗੱਡੀ ਹੈਗੀ ਇਹਨਾਂ ਭਾਵੇਂ ਆ ਸ਼ਾਹਜ਼ੋਰ ਭਾਵੇਂ ਆ ਟਰੈਕਟਰ ਇਹਨਾਂ ਨੂੰ ਸੰਭਾਲ ਕੇ ਰੱਖੋ ਅਤੇ ਗੱਡੀ ਹੈ ਜਿਹੜੀ ਚੱਲਣ ਵਾਲੀ ਗੱਡੀ ਚੱਲਦੀ ਹੈ ਅਤੇ ਸਰਵਿਸ ਛੇਤੀ ਕਰਾ ਲਿਆ ਕਰੋ ਦੇਖੋ ਸਫਾਈ ਬਹੁਤ ਅੱਛੀ ਹੋ ਗਈ ਗੱਡੀ ਦੀ ਅਤੇ ਹੁਣ ਇਹ ਕਲੀਨਰ ਇੱਧਰ ਸਾਫ਼ ਕਰ ਰਿਹਾ ਵੱਖਰਾ ਇੱਕ ਵਾਰੀ ਪੇਚ ਕਰ ਨਾਲ ਉਹ ਮਿੱਟੀ ਕਿੰਨੀ ਜੰਮੀ ਹੋਈ ਹੈ ਵਿੱਚ ਤੇ ਪਾਣੀ ਮਾ ਪਾਣੀ ਨਹੀਂ ਨਿਕਲ ਜਾਂਦੀ ਜੇ ਮੋਬਾਇਲ ਵਿੱਚ ਨਾ ਹੋਵੇ ਤੇ ਮਿੱਟੀ ਸਾਰੀ ਅੰਦਰ ਹੀ ਜਾਵੇ ਤੇ ਮੋਬਾਇਲ ਮਿੱਟੀ ਬਚਾ ਲੈਂਦਾ ਟਰੈਕਟਰ ਸਫਾਈ ਵੇਖੋ ਹੋਈ ਕਲੀ ਤੇ ਹੁਣ ਇੱਕ ਲੈਂਡ ਬਸ ਰਹਿ ਗਿਆ ਇਹ ਸਫਾਈ ਕਰਾਉਂਦੇ ਆ ਜਾਲੀ ਵੇਖ ਸਕਦੇ Thank you.